ਬੇਲੀਓ, ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਅਤੇ ਮੈਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ, ਅਤੇ ਮੇਰੇ ਨਾਲ ਇਸ ਟਾਈਮ ਬਟਾਲਾ ਤੋਂ ਆਈ ਹੋਈ ਇੱਕ ਫੈਮਿਲੀ ਮੌਜੂਦ ਆ, ਅਤੇ ਵੀਰ ਜੀ ਵੀਰ ਸਿੰਘ ਜੀ ਅਤੇ ਨਾਲ ਰਮਿੰਦਰ ਕੌਰ, ਇਹ ਦੋਵੇਂ ਜਣੇ ਆਏ ਹੋਏ ਆ। ਹਾਂਜੀ ਭਰਜਾਈ, ਤੁਸੀਂ ਦੱਸੋ ਅਤੇ ਕਿਹੜਾ ਇਲਾਕਾ ਤੁਹਾਡਾ ਬਟਾਲੇ ਦੇ ਵਿੱਚ? ਬਟਾਲਾ, ਮੇਨ ਬਟਾਲੇ ਤੋਂ ਆਏ ਅਸੀਂ। ਅੱਛਾ, ਮੇਨ ਬਟਾਲਾ ਸ਼ਹਿਰ ਤੋਂ ਆਏ? ਹਾਂਜੀ ਹਾਂਜੀ। ਅਤੇ ਕਦੋਂ ਦਾ ਪ੍ਰੋਗਰਾਮ ਬਣ ਰਿਹਾ ਸੀ ਇੱਥੇ ਆਉਣ ਦਾ? ਜਿਸ ਦਿਨ ਦਾ ਮਤਲਬ ਪਤਾ ਚੱਲਿਆ ਕਿ ਕੋਰੀਡੋਰ ਖੁੱਲ੍ਹ ਰਿਹਾ ਉਸ ਦਿਨ ਦਾ ਹੀ ਪ੍ਰੋਗਰਾਮ ਬਣ ਰਿਹਾ ਸੀ, ਪਰ ਉਹ ਵੈਰੀਫਿਕੇਸ਼ਨ ਨੂੰ ਟਾਈਮ ਲੱਗ ਗਿਆ ਫਿਰ ਇਸ ਕਰਕੇ। ਅਤੇ ਕਿਹੋ ਲੱਗਿਆ ਇੱਥੇ? ਸਾਨੂੰ ਆ ਕੇ ਬਹੁਤ ਚੰਗਾ ਲੱਗਿਆ ਔਰ ਇੰਨਾ ਆਨੰਦ ਆਇਆ ਕਿ ਮਤਲਬ ਹੁਣ ਜਾਣ ਨੂੰ ਦਿਲ ਨਹੀਂ ਕਰ ਰਿਹਾ, ਲੇਕਿਨ 4 ਵਜੇ ਵਾਪਸੀ ਹੈ, ਪਰ ਦਿਲ ਕਰ ਰਿਹਾ ਕਿ ਥੋੜ੍ਹਾ ਹੋਰ ਟਾਈਮ ਮਿਲ ਜਾਵੇ, ਥੋੜ੍ਹਾ ਹੋਰ ਟਾਈਮ ਕਿ ਰਾਤ ਵੀ ਰਹਿਣ ਦੇਣ, ਪਰ ਉਹਨਾਂ ਨੇ ਕਿਹਾ ਸੀ ਕਿ 4 ਵਜੇ ਵਾਪਸ ਆਉਣਾ। ਜੇ ਉਹਨਾਂ ਨੇ ਨਾ ਕਿਹਾ ਹੁੰਦਾ ਫਿਰ ਤਾਂ ਅਸੀਂ ਕਾਫੀ ਟਾਈਮ ਮਤਲਬ ਇੱਥੇ ਰਹਿ ਸਕਦੇ ਸੀ। ਅੱਛਾ ਅੱਛਾ, ਯਾਨੀ ਮਤਲਬ ਇਹ ਹੈ ਕਿ ਇਹਨਾਂ ਦਾ ਦਿਲ ਕਰਦਾ ਕਿ ਇੱਥੇ ਨਾਲ ਕੋਈ ਇੱਥੇ ਬਣੇ ਹੋਣ, ਰੈਸਟ ਹਾਊਸ ਵੀ, ਕੋਈ ਰਹਿਣ ਦੀ ਥਾਂ ਵੀ ਬਣੇ ਹੋਣ, ਕਿ ਇੱਕ ਰਾਤ ਸੀ। ਹਾਂਜੀ, ਇਜਾਜ਼ਤ ਦੇਵੇ। ਗੱਲ ਇਹ ਵੀ ਸਹੀ ਹੈ ਕਿ ਬਣੇ ਵੀ ਹੋਣ ਅਤੇ ਨਾਲ ਰਹਿਣ ਦੀ ਵੀ ਇਜਾਜ਼ਤ ਦੇਵੇ ਹਿੰਦੁਸਤਾਨੀ ਸਰਕਾਰ, ਅਤੇ ਇੱਥੇ ਰਹਿ ਸਕਣ। ਅੱਛਾ, ਇਹ ਦੱਸੋ ਉੱਥੇ ਜਿਹੜੀ ਲੁਕਾਈ ਹੈ, ਉੱਥੇ ਦੇ ਜਿਹੜੇ ਲੋਕ ਆ, ਉਹਨਾਂ ਦੇ ਵਿੱਚ ਤੁਸੀਂ ਇੱਥੇ ਆਏ ਹੋ, ਤੁਸੀਂ ਇੱਥੇ ਮਿਲੇ ਹੋ ਸਾਰਿਆਂ ਨੂੰ, ਤੁਸੀਂ ਦੇਖਿਆ ਬੜਾ ਪਿਆਰ ਮੁਹੱਬਤ ਕਰਦੇ ਆ ਸਾਰੇ ਸਰਦਾਰ ਵੀਰਾਂ ਦੇ ਨਾਲ, ਅਤੇ ਉੱਥੇ ਦੇ ਲੋਕਾਂ ਦੇ ਵਿੱਚ ਵੀ ਐਵੇਂ ਹੀ ਪਿਆਰ ਪ੍ਰੇਮ ਹੈ ਇੱਥੇ ਦੇ ਲੋਕਾਂ ਲਈ? ਹਾਂਜੀ, ਇੰਨਾ ਹੀ ਪ੍ਰੇਮ ਹੈ ਔਰ ਇੰਨਾ ਪਿਆਰ, ਔਰ ਅਸੀਂ ਵੀ ਚਾਹੁੰਦੇ ਹਾਂ ਕਿ ਜਿੱਦਾਂ ਅਸੀਂ ਆਏ ਹਾਂ ਇੱਦਾਂ ਹੀ ਤੁਸੀਂ ਉੱਧਰ ਆਓ। ਜ਼ਿੰਦਾਬਾਦ, ਕਿ ਮਤਲਬ ਤੁਹਾਡੇ ਲਈ ਵੀ ਇਹੀ ਰਾਹ ਖੁੱਲ੍ਹਣ, ਮਤਲਬ ਇੱਕ ਦੂਜੇ ਦੇ ਨਾਲ ਆਓ, ਥੋੜ੍ਹਾ ਵਿਚਾਰ ਵਟਾਂਦਰਾ ਹੋਇਆ, ਇੱਕ ਦੂਜੇ ਬਾਰੇ ਪਤਾ ਚੱਲੇ ਕਿ ਆਪਾਂ ਇੱਕ ਹੀ ਲੋਕੈਲਿਟੀ, ਮਤਲਬ ਇੱਕ ਹੀ ਲੋਕ ਹੈਗੇ ਹਾਂ, ਬਸ ਇੱਕ ਸਾਨੂੰ ਦੱਸਿਆ ਗਿਆ ਕਿ 2 ਦੇਸ਼ਾਂ ਵਿੱਚ ਵੰਡ ਦਿੱਤਾ ਗਿਆ, ਪਰ ਮਤਲਬ ਵੇਖਣ ਨੂੰ ਵੀ ਅਸੀਂ ਇੱਕ ਹੀ ਲੱਗ ਰਹੇ ਹਾਂ। ਹਾਂਜੀ, ਕੋਈ ਬੋਲੀ ਵੀ ਇੱਕ ਹੈਗੀ ਹੈ। ਹਾਂਜੀ, ਬੋਲੀ ਵੀ ਸੇਮ ਹੈ ਅਤੇ ਲੱਗ ਵੀ ਅਸੀਂ ਇੱਕ ਰਹੇ ਹਾਂ, ਅਤੇ ਇਸ ਕਰਕੇ ਅਸੀਂ ਇਹੀ ਚਾਹੁੰਦੇ ਹਾਂ ਕਿ ਇਹ ਰਾਹ ਬਿਲਕੁਲ ਜਿਹੜਾ ਉਹ ਖੋਲ੍ਹਿਆ ਜਾਵੇ, ਤੁਹਾਡੇ ਲਈ ਵੀ ਖੋਲ੍ਹਿਆ ਜਾਵੇ ਅਤੇ ਸਾਡੇ ਲਈ ਵੀ ਖੋਲ੍ਹਿਆ ਜਾਵੇ। ਹਾਂਜੀ, ਇੱਥੇ ਤੁਸੀਂ ਬਾਕੀ ਲੋਕਾਂ ਨੂੰ ਵੀ ਮਿਲੇ ਹੋ? ਹਾਂਜੀ, ਲੋਕਾਂ ਦਾ ਮਿਲਵਰਤਨ ਕਿਹਾ ਸਾਡਾ ਬਹੁਤ ਅੱਛਾ, ਔਰ ਉਹ ਮਿਲ ਰਹੇ ਆ ਕਿ ਤੁਸੀਂ ਪੰਜਾਬ ਤੋਂ, ਕਿਉਂਕਿ ਮੇਰੇ ਹਸਬੈਂਡ ਨੇ ਪਗੜੀ ਪਾਈ ਸੀ, ਬੰਨੀ ਸੀਗੀ, ਅਤੇ ਇਸ ਕਰਕੇ ਉਹ ਮਿਲ ਰਹੇ ਸਪੈਸ਼ਲੀ ਆ ਕੇ ਕਿ ਤੁਸੀਂ ਪੰਜਾਬ ਤੋਂ ਇੰਨੇ ਪਿਆਰ ਦੇ ਨਾਲ, ਇੰਨੇ ਸਤਿਕਾਰ ਦੇ ਨਾਲ, ਔਰ ਈਵਨ ਜਿਹੜੇ ਅਸੀਂ ਮਾਰਕੀਟ ਗਏ ਹਾਂ ਉੱਥੇ ਵੀ ਉਹ ਕਹਿ ਰਹੇ ਸੀ ਤੁਸੀਂ ਸਾਡੇ ਗੈਸਟ ਹੋ, ਤੁਸੀਂ ਐਂ ਖਾਓ, ਤੁਸੀਂ ਐਂ ਖਾਓ, ਮਤਲਬ ਇੰਨਾ ਅੱਛਾ ਲੱਗ ਰਿਹਾ ਸੀਗਾ, ਬਹੁਤ ਮਜ਼ਾ ਆਇਆ। ਅੱਛਾ, ਇਹ ਗੱਲ ਤੁਹਾਡੀ ਸਹੀ ਆ ਕਿ ਉਹ ਸਾਡੇ ਇੱਕ ਸਰਦਾਰ ਬਖਸ਼ੀਸ਼ ਸਿੰਘ ਸਾਹਿਬ ਦਾ ਦੋਸਤ, ਉਹ ਆਏ ਹੋਏ ਸੀ USA ਤੋਂ, ਉਹ ਗੱਲ ਕਹਿ ਰਿਹਾ ਸੀ, ਕਹਿੰਦੇ ਕਿ ਪੱਗ ਦੀ ਜਿਹੜੀ ਇੱਜ਼ਤ ਆ ਨਾ, ਸਹੀ ਇੱਜ਼ਤ ਮੈਂ ਕਿਤੇ ਦੁਨੀਆ 'ਚ ਦੇਖੀ ਆ, ਤੋ ਪਾਕਿਸਤਾਨ 'ਚ ਦੇਖੀ ਆ, ਜਿਹੜਾ ਵੀ ਦੇਖਦਾ ਸਾਨੂੰ ਆ ਕੇ ਉਹ ਸਾਡੇ ਨਾਲ ਫੋਟੋ ਵੀ ਖਿਚਾਉਂਦਾ, ਮਿਲਦਾ ਵੀ ਆ, ਜੱਫੀਆਂ ਵੀ ਪਾਉਂਦਾ, ਅਤੇ ਆ ਕੇ ਗੱਲਬਾਤ ਵੀ ਕਰਦਾ, ਅਤੇ ਬਹਰਹਾਲ ਤੁਸੀਂ ਵੀ ਇੱਥੇ ਆਏ ਜੀ ਆਇਆਂ ਨੂੰ, ਅਤੇ ਹੁਣ ਤੁਹਾਡਾ ਵਾਪਸੀ ਦਾ ਵੀ ਟਾਈਮ ਹੋਣ ਵਾਲਾ, ਅਤੇ ਇੱਥੋਂ ਕੋਈ ਲਿਆ ਵੀ ਆ? ਹਾਂਜੀ ਹਾਂਜੀ, ਬਹੁਤ ਕੁਛ, ਸ਼ਾਲ, ਅਖਰੋਟ, ਜੁੱਤੀਆਂ, ਸਭ ਕੁਛ, ਮਤਲਬ ਜੋ ਵੀ ਮਿਲਿਆ ਸਭ ਕੁਛ ਲਿਆ। ਹਾਂਜੀ, ਅੱਛਾ ਬਟਾਲਾ ਚ, ਕਿਉਂਕਿ ਉਹਨਾਂ ਦਾ ਕਹਿਣਾ ਕਿ ਉੱਥੇ, ਇਸ ਲਈ ਇਹਨਾਂ ਦੇ ਜਿਹੜੇ ਸਹੁਰੇ ਸੀ ਉੱਥੇ ਰਹਿੰਦੇ ਸੀ। ਬਹਰਹਾਲ ਬਹੁਤ ਖੁਸ਼ ਹੈ ਇੱਥੇ ਜਿਹੜਾ ਵੀ ਆ ਰਿਹਾ, ਬਹੁਤ ਜ਼ਿਆਦਾ ਖੁਸ਼ੀ ਦਾ ਇਜ਼ਹਾਰ ਕਰ ਰਿਹਾ, ਔਰ ਜਿਹੜਾ ਇੱਕ ਵਾਰੀ ਆਉਂਦਾ ਵਾ। ਅੱਛਾ, ਇਹ ਦੱਸੋ, ਚਲੋ ਆ ਤੇ ਗਏ, ਆਉਣ ਤੋਂ ਪਹਿਲੇ ਤੁਹਾਡੇ ਕੀ ਵਿਚਾਰ ਸੀ ਕਿ ਉੱਥੇ ਜਾਓਗੇ ਤੇ ਕਿਵੇਂ ਦਾ ਹੋਏਗਾ? ਬਹੁਤ ਲੋਕ ਡਰਦੇ ਆ ਨਾ ਕਿ ਜਾਵਾਂਗੇ ਪਤਾ ਨਹੀਂ ਕੀ ਹੋ ਜਾਏਗਾ। ਐਕਚੁਅਲੀ ਸਾਡੇ ਕੱਲ੍ਹ ਹੀ ਸਾਡੇ ਆਂਟੀ ਇੱਥੋਂ ਹੋ ਕੇ ਗਏ ਨਾ, ਅਤੇ ਉਹਨਾਂ ਨੇ ਸਾਰਾ ਦੱਸਿਆ ਸੀ, ਉਹ ਸ਼ੋਪਸ ਵਗੈਰਾ ਸਾਰਾ, ਔਰ ਕਹਿ ਰਹੇ ਸੀ ਕਿ ਇੰਨਾ ਮਜ਼ਾ ਆ ਰਿਹਾ, ਇੰਨਾ ਵਧੀਆ ਟ੍ਰਿਪ ਸੀਗਾ, ਮਤਲਬ ਜਿਹੜਾ ਵੀ ਜਾ ਰਿਹਾ ਉਹ ਪ੍ਰੇਜ਼ ਕਰ ਰਿਹਾ, ਮਤਲਬ ਉਹ ਕਹਿ ਰਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਫਿਰ ਜਾਈਏ।
ਮਤਲਬ ਐਟਲੀਸਟ 2 ਮਹੀਨੇ ਬਾਅਦ ਤੇ ਅਸੀਂ ਫਿਰ ਵਾਪਿਸ ਉੱਥੇ ਜਾਵਾਂਗੇ ਔਰ ਮੈਨੂੰ ਲੱਗਦਾ ਕਿ ਅਸੀਂ ਵੀ ਮਾਰਚ ਵਿੱਚ ਦੁਬਾਰਾ ਵਾਪਿਸ ਆਵਾਂਗੇ। ਅੱਛਾ, ਨਹੀਂ 2 ਮਹੀਨੇ ਦਾ ਵਕਫਾ ਕਰ ਲਈ, ਹਰ ਹਫਤੇ ਕਿਉਂ ਨਹੀਂ? ਹਰ ਹਫਤੇ ਐਕਚੁਅਲੀ ਉਹਨਾਂ ਨੇ ਇਹ ਕਿਹਾ ਕਿ ਆਫਟਰ 20 ਡੇਜ਼ ਬਾਅਦ ਹੀ ਤੁਸੀਂ ਅਪਲਾਈ ਕਰ ਸਕਦੇ ਹੋ। ਅੱਛਾ ਅੱਛਾ ਅੱਛਾ, ਹਾਂਜੀ ਹਾਂ, ਇਹ ਗੱਲ ਇਹਨਾਂ ਦਾ ਕਹਿਣਾ ਕਿ ਕਿਉਂਕਿ ਅਪਲਾਈ ਕਰਨ ਦੀ ਸ਼ਰਤ ਇਹ ਹੈ ਕਿ ਵੀ ਇੱਕ ਵਾਰੀ ਆਉਣ ਤੋਂ ਬਾਅਦ 20 ਦਿਨ ਬਾਅਦ ਕਰਨੀ ਪਏਗੀ ਅਤੇ 20 ਦਿਨ ਬਾਅਦ ਜਦੋਂ ਅਪਲਾਈ ਕਰਨਗੇ ਉਸ ਤੋਂ ਬਾਅਦ ਫਿਰ 15 ਦਿਨ ਲੱਗ ਜਾਣੇ ਆ ਅਤੇ ਉਹ ਇਹ ਵਕਫਾ ਜ਼ਰੂਰ ਪੈ ਰਿਹਾ, ਕੋਈ 1.5 ਮਹੀਨਾ ਲੱਗ ਜਾਣਾ ਇਹਨਾਂ ਨੂੰ ਮੁੜ ਕੇ ਆਉਣ ਨੂੰ। ਇਹਨਾਂ ਦਾ ਤਾਂ ਦਿਲ ਕਰਦਾ ਕਿ ਰੋਜ਼ ਹੀ ਆਉਣ ਇੱਥੇ ਅਤੇ ਇੱਥੇ ਆਓਗੇ, ਮੁੜ ਕੇ ਵੀ ਆਓਗੇ, ਜ਼ਰੂਰ ਦੇਖਾਂਗੇ। ਅੱਛਾ, ਅਤੇ ਤੁਹਾਡੇ ਆਂਟੀ ਦੇ ਆਉਣ ਤੋਂ ਪਹਿਲੇ ਤੁਹਾਨੂੰ ਉਹਨਾਂ ਦੇ ਆਉਣ ਤੋਂ ਤਾਂ ਪਤਾ ਲੱਗਿਆ ਤੁਹਾਨੂੰ ਕਿ ਬੜਾ ਉੱਥੇ ਵਧੀਆ ਹਾਲਾਤ ਆ, ਬੜਾ ਮਜ਼ਾ ਆ ਰਿਹਾ, ਬੜਾ ਸਕੂਨ। ਉਸ ਤੋਂ ਪਹਿਲੇ ਕੀ ਖਿਆਲ ਸੀ ਜਿਹੜਾ ਕਿਹਾ ਜਾਂਦਾ ਸੀ ਕਿ ਪਤਾ ਨਹੀਂ ਉੱਥੇ ਜਾਵਾਂਗੇ ਕੀ ਹੋ ਜਾਏਗਾ? ਐਕਚੁਅਲੀ ਥੋੜ੍ਹਾ ਸੁਣਦੇ ਸੀਗੇ, ਪਰ ਜਿਵੇਂ ਮੇਰੀ ਐਜੂਕੇਸ਼ਨ ਜਿਹੜੀ ਹੈ ਮੈਂ BEd ਸ਼੍ਰੀਨਗਰ ਤੋਂ ਕੀਤੀ ਹੋਈ ਹੈ, ਥੋੜ੍ਹਾ ਮੈਨੂੰ ਵੈਸੇ ਮੁਸਲਿਮਸ ਦੇ ਨਾਲ ਥੋੜ੍ਹਾ ਸੀਗਾ, ਵੈਸੇ ਐਗਜ਼ੀਬਿਸ਼ਨ ਲੱਗਦੀਆਂ ਤੁਹਾਡੀਆਂ, ਇਸ ਕਰਕੇ ਥੋੜ੍ਹਾ ਅਸੀਂ ਪਹਿਲਾਂ ਹੀ ਮੈਨੂੰ ਲੱਗਦਾ ਕਿ ਜਾਣਦੇ ਸੀਗੇ ਕਿ ਉਹਨਾਂ ਦੀ ਬੋਲੀ ਮਿੱਠੀ ਹੈ, ਲੋਕ ਸਤਿਕਾਰ, ਕਿਉਂਕਿ ਜਿੰਨੀ ਪ੍ਰਾਹੁਣਾਚਾਰੀ ਮੁਸਲਿਮਸ 'ਚ ਹੁੰਦੀ ਹੈ ਵਧੀਆ ਵਾਲੀ, ਉਹ ਕਿਤੇ ਨਹੀਂ ਹੁੰਦੀ। ਇਹ ਗੱਲ ਬੜੀ ਜ਼ਬਰਦਸਤ ਉਹਨਾਂ ਨੇ ਕੀਤੀ ਹੈ ਕਿ ਜਿੰਨਾ ਮੇਜ਼ਬਾਨੀ, ਜਿੰਨੀ ਹੋਸਪਿਟੈਲਿਟੀ, ਜਿੰਨੀ ਪ੍ਰਾਹੁਣਚਾਰੀ ਮੁਸਲਮਾਨਾਂ 'ਚ ਆ, ਉਹ ਸ਼ਾਇਦ ਇਹਨਾਂ ਨੇ ਕਿਸੇ ਹੋਰ ਪਾਸੇ ਨਹੀਂ ਦੇਖੀ। ਔਰ ਇਹ ਗੱਲ ਇਹਨਾਂ ਨੂੰ ਵਾਕਈ ਇੱਥੇ ਆ ਕੇ ਬੜਾ ਅੱਛਾ ਲੱਗਿਆ। ਅਤੇ ਭਾਈ ਸੁਖਬੀਰ ਜੀ, ਤੁਸੀਂ ਦੱਸੋ ਜੀ, ਆਖਰੀ ਮੈਸੇਜ ਤੁਸੀਂ ਕੀ ਦੇਣਾ ਚਾਹੋਗੇ ਇੱਥੇ ਆਏ ਹੋ? ਤਾਂ ਮੈਂ ਕਹਿਣਾ ਚਾਹੁੰਦਾ ਕਿ ਹਰ ਇੱਕ ਬੰਦੇ ਨੂੰ ਆਉਣਾ ਚਾਹੀਦਾ ਹੈ, ਇੰਡੀਆ 'ਚ ਵਰਲਡ 'ਚ ਬੈਠੇ ਹੋ, ਇੱਥੇ ਜ਼ਰੂਰ ਆਉਣਾ ਚਾਹੀਦਾ। ਇੰਨੀ ਖੁੱਲ੍ਹੀ ਜਗ੍ਹਾ, ਐਟਮੋਸਫੇਅਰ ਵਧੀਆ, ਬਹੁਤ ਕੁਛ, ਬਾਬਾ ਜੀ ਦੇ ਦਰਸ਼ਨ ਹੋ ਜਾਂਦੇ ਆ, ਜੀ ਨਹੀਂ ਕਰਦਾ ਜਾ ਬੈਠੇ ਹਾਂ, ਪਰ ਟਾਈਮ ਦੇਖ ਰਹੇ ਹਾਂ, 4 ਵਜੇ ਚੱਲੇ ਆ, ਦਿਲ ਨਹੀਂ ਕਰ ਰਿਹਾ। ਨਹੀਂ, ਦਿਲ ਤੇ ਵਾਕਈ ਨਹੀਂ ਕਰ ਰਿਹਾ ਕਿ ਦਿਲ ਕਰਨਾ ਵੀ ਨਹੀਂ। ਅੱਛਾ, ਆਹ ਦੇਖੋ ਤੁਸੀਂ, ਆ ਪੂਰਾ ਬੈਗ, ਹਾਂਜੀ ਪੂਰਾ, ਇੱਧਰ ਉਹ ਸਾਰਾ ਸ਼ਾਪਿੰਗ, ਆਹ ਦੇਖੋ ਇਹ ਵੀ ਪੂਰਾ ਇਹਨਾਂ ਦਾ, ਇਹ ਵੀ ਤਿਆਰ ਕੀਤਾ ਹੋਇਆ, ਹਾਂਜੀ ਇਹਦੇ ਚ ਥੋੜਾ ਪਰੇਸ਼ਾਨ। ਅੱਛਾ, ਇੱਧਰ ਦੇਖੋ, ਆ ਉਧਰ ਵੀ ਇਹਨਾਂ ਨੇ ਬੈਗ ਭਰਿਆ ਹੋਇਆ, ਤੇ ਇਹਨਾਂ ਦਾ ਤੇ ਦਿਲ ਕਰਦਾ ਸੀ ਸਾਰਾ ਕੁਝ ਹੀ ਲੈ ਜਾਣਾ ਇਥੋਂ, ਪਰ ਜਿੰਨਾ ਉਹ ਖਰੀਦ ਲਿਆ ਤੇ ਲੈ ਲਿਆ, ਤੇ ਬਹਰਹਾਲ ਆਉਣ ਜਾਣ ਦਾ ਲੱਗਿਆ ਰਹੇਗਾ। ਪਰ ਉਹ ਜਿਹੜੀ ਗੱਲ ਇਹਨਾਂ ਨੇ ਕੀਤੀ ਆ, ਉਹ ਬੜੀ ਵਧੀਆ ਗੱਲ ਸੀਗੀ। ਔਰ ਮੈਂ ਵੀ ਬੇਨਤੀ ਕਰਦਾ ਵਾਂ ਪਾਕਿਸਤਾਨੀ ਸਰਕਾਰ ਵੱਲੋਂ, ਤੇ ਖੁੱਲ੍ਹਾ ਹੀ ਆ, ਬਾਹਾਂ ਖੁੱਲ੍ਹੀਆਂ ਵਾਂ, ਦਰਸ਼ਨ ਦੀਦਾਰ ਖੋਲ੍ਹ ਦਿੱਤੇ ਗਏ, ਇੰਡੀਅਨ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੀ 20 ਦਿਨ ਦੇ ਵਿੱਚ ਵਕਫਾ ਵਾ ਕਿ 20 ਦਿਨ ਬਾਅਦ ਅਪਲਾਈ ਕਰਨਾ, ਵੀ ਬੰਦਾ ਰੋਜ਼ ਅਪਲਾਈ ਕਰੇ, ਤੁਸੀਂ ਰੋਜ਼ ਆਉਣ ਦਿਓ, ਦਿਓ ਇਜਾਜ਼ਤ। ਜਿਹਨੇ ਆਉਣਾ ਵਾ ਉਹਨੇ ਆਪਣਾ ਖਰਚਾ ਕਰਕੇ ਆਉਣਾ ਨਾ, ਹਕੂਮਤ ਕੋਲੋਂ ਤਾਂ ਨਹੀਂ ਉਹਨੇ ਪੈਸੇ ਲੈਣੇ, ਨਾ ਹੀ ਉਹਨਾਂ ਨੇ ਹਕੂਮਤ ਨੂੰ ਉੱਥੇ ਕੋਈ ਪੈਸੇ ਲਾਉਣੇ ਪੈਣੇ, ਨਾ ਕੋਈ ਖਰਚਾ ਕਰਨਾ ਪੈਣਾ। ਇਸ ਲਈ ਜਿਹੜਾ ਵੀ ਆਉਂਦਾ ਵਾ, ਭਾਵੇਂ ਰੋਜ਼ ਕੋਈ ਅਪਲਾਈ ਕਰੇ, ਉਹਨੂੰ ਰੋਜ਼ ਇਜਾਜ਼ਤ ਦਿਓ, ਲੋਕ ਆਉਣ, ਇੱਕ ਦੂਜੇ ਦੇ ਨਾਲ ਮਿਲ ਵਰਤਣ ਵਧੇ, ਨੇੜਤਾ ਆਵੇ ਦਿਲਾਂ ਦੇ ਵਿੱਚ, ਅਤੇ ਪਹਿਲੀ ਬਹੁਤ ਜ਼ਿਆਦਾ ਨੇੜਤਾ ਸੀ, ਅਤੇ ਹੁਣ ਮਿਲ ਵੀ ਲੈਣ ਲੋਕ ਇੱਕ ਦੂਜੇ ਨੂੰ, ਇੱਕ ਦੂਜੇ ਦੇ ਨਾਲ ਮਿਲ ਕੇ ਬਹਿ ਵੀ ਸਕਣ, ਇੱਧਰੋਂ ਪੰਜਾਬੀ ਵੀ ਆਉਣ, ਉੱਧਰੋਂ ਪੰਜਾਬੀ ਵੀ ਆਉਣ, ਅਤੇ ਜਿਹੜਾ ਪਿਆਰ ਮੁਹੱਬਤ ਆ ਉਹ ਵਧੇ, ਦਿਲਾਂ ਦੇ ਵਿੱਚ ਵੀ ਜਿਹੜੀ ਕੁੜੱਤਨ ਸੀ ਉਹ ਵੀ ਦੂਰ ਹੋਵੇ, ਅਤੇ ਇਸ ਖਿੱਤੇ ਦੇ ਵਿੱਚ ਵੀ ਅਮਨ ਆਵੇ, ਅਤੇ ਪੰਜਾਬ ਆ ਜਿਹੜਾ ਇੱਕ ਵਾਰੀ ਫਿਰ ਆਪਣੇ ਪੰਜਾਬੀ ਭਰਾਵਾਂ ਨੂੰ ਸਾਰੇ ਮਿਲ ਸਕਣ। ਐਂਡ 'ਤੇ ਤਾਂ ਮੈਂ ਇਹੀ ਕਹਿੰਦੀ ਹਾਂ ਕਿ ਸਾਰੇ ਪਾਕਿਸਤਾਨੀ ਜਿਹੜੇ ਵੀ ਸਾਨੂੰ ਮਿਲੇ ਆ ਜਾਂ ਨਹੀਂ ਮਿਲੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਮਤਲਬ ਆਉਣ ਦਾ ਮੌਕਾ ਦਿੱਤਾ ਔਰ ਇੰਨਾ ਪਿਆਰ ਔਰ ਇੰਨਾ ਸਤਿਕਾਰ ਦਿੱਤਾ ਕਿ ਜਿਹੜਾ ਅਸੀਂ ਕਦੀ ਵੀ ਨਹੀਂ ਭੁੱਲ ਸਕਦੇ। ਈਵਨ ਜਾ ਕੇ ਮੈਨੂੰ ਲੱਗਦਾ ਕਿ ਹੁਣ ਅਸੀਂ ਇਹੀ ਗੱਲਾਂ ਕਰਾਂਗੇ ਪੂਰਾ 1 ਮਹੀਨਾ ਕਿ ਜੋ ਇੱਥੇ ਮਾਣ ਅਤੇ ਸਤਿਕਾਰ ਮਿਲਿਆ ਔਰ ਜੋ ਪ੍ਰੇਮ ਮਿਲਿਆ, ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਿਲਕੁਲ, ਪੂਰਾ ਮਹੀਨਾ ਗੱਲਾਂ ਕਰੋਗੇ ਤੇ 1.5 ਮਹੀਨੇ ਬਾਅਦ ਫਿਰ ਵਾਰੀ ਆ ਜਾਣੀ ਮੁੜ ਕੇ ਆਉਣ ਦੀ, ਇਹਦਾ ਮਤਲਬ ਆ ਕਿ ਹੁਣ ਇੱਥੇ ਦਾ ਜ਼ਿਕਰ ਜਿਹੜਾ, ਇੱਥੇ ਦੀਆਂ ਗੱਲਾਂ ਬਾਤਾਂ ਚੱਲਦੀਆਂ ਹੀ ਰਹਿਣਗੀਆਂ। ਕਿ ਸਾਰੇ ਕਹਿੰਦੇ ਕਿ ਪਾਕਿਸਤਾਨ ਅਲੱਗ ਹੈ, ਭਾਰਤ ਅਲੱਗ ਹੈ, ਪਰ ਮੈਨੂੰ ਤੇ ਇਹਨਾਂ ਨੂੰ ਦੇਖੋ, ਨਾਮ ਨਾਇਆਬ ਨੂੰ ਦੇਖੋ ਕਿ ਅਸੀਂ ਦੋਨੋਂ ਵੈਸੇ ਸਿਸਟਰਸ ਲੱਗ ਰਹੀ ਹਾਂ ਜਿੱਦਾਂ ਟਵਿਨਸ ਹੁੰਦੇ ਆ, ਹੈ ਨਾ? ਤੇ ਬਿਲਕੁਲ ਵੀ ਓਪਰਾ ਬਿਲਕੁਲ ਨਹੀਂ ਲੱਗਦਾ ਪਿਆ ਅਪਣਾਈਏ, ਤੇ ਬਿਲਕੁਲ ਪਿਆਰ ਮੁਹੱਬਤ ਵਾਲਾ ਸਿਸਟਮ ਲੱਗਦਾ ਪਿਆ, ਤੇ ਇਸ ਕਰਕੇ ਮੈਨੂੰ ਤੇ ਬਸ ਇਹੀ। ਥੈਂਕ ਯੂ।